ਪੰਜਾਬ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ DIG ਜੇਲ੍ਹ ਸ਼੍ਰੀ ਸੁਰਿੰਦਰ ਸੈਣੀ ਦੀ ਅਗਵਾਈ ਹੇਠ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਛਾਪਾ ਮਾਰਿਆ ਗਿਆ, ਜਿਸ ਵਿੱਚ ਪੁਲਿਸ ਦੇ ਹੱਥ 24 ਮੋਬਾਈਲ ਫੋਨ, ਮੋਬਾਈਲ ਚਾਰਜਰ, ਮੋਬਾਈਲ ਬੈਟਰੀਆਂ ਅਤੇ 5,300 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਬਾਰੇ ਸ਼੍ਰੀ ਸੈਣੀ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਪੁਲਿਸ ਕਮਿਸ਼ਨਰ ਰੇਟ ਅੰਮ੍ਰਿਤਸਰ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਸਹਾਇਤਾ ਨਾਲ ਇਹ ਸਾਂਝਾ ਆਪਰੇਸ਼ਨ ਸਵੇਰੇ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸੁਪਰਡੈਂਟ ਜੇਲ੍ਹ ਹਰਿੰਦਰਜੀਤ ਸਿੰਘ, ADCP ਕ੍ਰਾਈਮ ਪਰਮਜੀਤ ਸਿੰਘ, ਡਿਪਟੀ ਸੁਪਰਡੈਂਟ ਹਿੰਮਤ ਸ਼ਰਮਾ, ਡਿਪਟੀ ਸੁਪਰਡੈਂਟ ਵਿਜੇ ਕੁਮਾਰ, ACP ਕੇਂਦਰੀ ਅਤੇ ਪੂਰਬੀ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਸਾਰੀਆਂ ਬੈਰਕਾਂ, ਚੱਕੀਆਂ, ਲੰਗਰ ਹਾਲ, ਨਸ਼ਾ ਛਡਾਊ ਕੇਂਦਰ ਅਤੇ ਹਾਈ ਸਿਕਿਉਰਿਟੀ ਜ਼ੋਨ ਦੀ ਘੇਰਾਬੰਦੀ ਕਰਕੇ ਸਰਚ ਆਪਰੇਸ਼ਨ ਚਲਾਇਆ ਗਿਆ, ਜੋ ਕਿ ਕਰੀਬ 8:30 ਵਜੇ ਤੱਕ ਜਾਰੀ ਰਿਹਾ। ਆਪਰੇਸ਼ਨ ਜਿਹੜਾ ਅੱਜ ਕੀਤਾ ਗਿਆ, ਜਿਸ ਵਿੱਚ DIG ਸਾਹਿਬ ਜੇਲ੍ਹ ਜਿਹੜੇ ਉਹਨਾਂ ਦੀ ਅਗਵਾਈ ਦੇ ਵਿੱਚ ਸੈਂਟਰ ਜੇਲ੍ਹ ਜਿਹੜੀ ਉਸਦੇ ਅਫਸਰ ਜਵਾਨ ਅਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਫਸਰਸ ਅਤੇ ਜਵਾਨ ਇਹ ਰਲ ਕੇ ਜਿਹੜਾ ਵਾ ਜੁਆਇੰਟ ਸਰਚ ਆਪਰੇਸ਼ਨ ਜਿਹੜੀ ਸੈਂਟਰ ਜੇਲ੍ਹ ਅੰਮ੍ਰਿਤਸਰ ਦਾ ਕੀਤਾ ਗਿਆ। ਅਲੱਗ ਅਲੱਗ ਬੈਰਕਾਂ, ਚੱਕੀਆਂ, ਲੰਗਰ ਆਦਿ ਦੇ ਵਿੱਚ ਜਿਹੜੀ ਆ ਪ੍ਰੋਪਰ ਸਰਚ ਕੀਤੀ ਗਈ। ਜਿਹੜੀ ਦੌਰਾਨੇ ਸਰਚ ਅਲੱਗ ਅਲੱਗ ਬੈਰਕਾਂ ਅਤੇ ਚੱਕੀਆਂ ਦੇ ਵਿੱਚੋਂ 24 ਮੋਬਾਈਲ ਫੋਨ ਜਿਹੜੇ ਉਹ ਰਿਕਵਰ ਹੋਏ ਨੇ, ਉਹਨਾਂ ਦੇ ਨਾਲ ਕੁਛ ਚਾਰਜਰ ਨੇ ਉਹ ਵੀ ਰਿਕਵਰ ਕੀਤੇ ਗਏ ਨੇ। ਇਸ ਤੋਂ ਇਲਾਵਾ ਇਹਨਾਂ ਦੇ ਪਾਸੋਂ ਜਿਹੜੀ ਅਲੱਗ ਅਲੱਗ 53,500 ਰੁਪਈਆ ਹਾਰਡ ਕੈਸ਼ ਜਿਹੜਾ ਨਗਦ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ। ਅੰਮ੍ਰਿਤਸਰ ਤੋਂ ਸਨੀ ਸੁਹੋਤਾ, GVA ਪੰਜਾਬ TV।